ਵੈਲਕਮ ਟੂ ਮਾਈ ਯੂਟਿਊਬ ਚੈਨਲ ਵਿਚ ਇਜ਼ ਗੁੱਡ ਲਾਈਫ ਵਿਦ ਰੋਬਿਨ। ਮੈਂ ਆਸ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਪਸੰਦ ਆਏਗੀ। ਜੇ ਪਸੰਦ ਆਏ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ। ਹੈਲੋ ਐਵਰੀਵਨ, ਅੱਜ ਹਮ ਆਏ ਹਾਂ ਮਾਰਕੀਟ ਮੇ ਥੋੜ੍ਹਾ ਸਮਾਨ ਲੈਣੇ, ਔਰ ਅੱਜ ਮੈਂ ਬਣਾਉਣੇ ਜਾ ਰਹੀ ਹੂੰ ਕਰੀ, ਔਰ ਉਸਕੇ ਲਈ ਮੈਨੇ ਸਾਰੇ ਇਨਗ੍ਰੀਡੀਐਂਟ ਹੈ ਵੋ ਜੋ ਲੈ ਲੀਏ, ਜੋ ਜੋ ਮੁਝੇ ਚਾਹੀਏ ਥਾ, ਔਰ ਉਸਮੇ ਮੈਨੇ ਜੋ ਵੀ ਮੇਰੇ ਚਾਹੀਏ ਥਾ ਵੋ ਮੈਨੇ ਯਹਾਂ ਪੇ ਇੱਕ ਜਗ੍ਹਾ ਪੇ ਰੱਖ ਲੀਏ, ਔਰ ਉਸਕੇ ਲੀਏ ਮੈਨੇ ਯੂਜ਼ ਕੀਆ ਹੈ ਯਹਾਂ ਪੇ ਮੇਥਰੇ, ਔਰ ਯੇ ਹੈ ਕਿਊਮਿਨ ਸੀਡਸ, ਔਰ ਸਾਥ ਮੇ ਸਾਥ ਮੈਨੇ ਲੈ ਲੀ ਹੈ ਮੇਥੀ, ਯੇ ਕਸੂਰੀ ਮੇਥੀ ਹੈ, ਯੇ ਮੈਨੇ ਇੰਡੀਅਨ ਸਟੋਰ ਸੇ ਲੀ ਹੈ, ਔਰ ਮੈਨੇ ਜੋ ਅਨੀਅਨ ਹੈ ਉਸਕੋ ਮੈਨੇ ਸਲਾਈਸਡ ਮੇ ਕਾਟ ਲਿਆ ਹੈ, ਔਰ ਯਹਾਂ ਪੇ ਮੈਨੇ ਲਿਆ ਹੈ ਜਿੰਜਰ ਔਰ ਗਾਰਲਿਕ, ਔਰ ਜਿੰਜਰ ਔਰ ਗਾਰਲਿਕ ਕੋ ਵੀ ਮੈਨੇ ਜੋ ਹੈ ਵੋ ਸਲਾਈਸ ਕਰ ਲਿਆ ਹੈ, ਯਹਾਂ ਪੇ ਮੈਨੇ ਟਮਾਟੋ ਵੀ ਲੀ ਹੈ, ਔਰ ਏਕ ਟਮਾਟੋ ਲਿਆ ਹੈ ਯਹਾਂ ਪੇ ਮੈਨੇ, ਅਬ ਮੈਨੇ ਜੋ ਫਰਾਈ ਪੈਨ ਹੈ ਉਸਕੋ ਮੈਨੇ ਰੱਖ ਦਿਆ ਹੈ, ਤੇਲ ਡਾਲ ਦਿਆ ਹੈ ਅਬ ਮੈਨੇ ਉਸਮੇ, ਔਰ ਯਹਾਂ ਪੇ ਜਬ ਤੇਲ ਗਰਮ ਹੋ ਗਿਆ ਤਾਂ ਯਹਾਂ ਪੇ ਮੈਨੇ ਜੋ ਜਲਦੀ ਜਲਦੀ ਸੇ ਮੇਥਰੇ ਜੀਰਾ ਔਰ ਗਾਰਲਿਕ ਜਿੰਜਰ ਔਰ ਸੁੱਕੀ ਮੇਥੀ ਡਾਲ ਕੇ ਅਬ ਮੈਨੇ ਉਸੇ ਹਲਕਾ ਬਰਾਊਨ ਹੋਣੇ ਤੱਕ ਕੁੱਕ ਕੀਆ ਹੈ, ਔਰ ਬਾਅਦ ਮੈਂ ਮੈਨੇ ਯਹਾਂ ਪੇ ਐਡ ਕੀਏ ਅਨੀਅਨ, ਔਰ ਅਨੀਅਨ ਕੋ ਐਡ ਕਰਨੇ ਕੇ ਬਾਅਦ ਯਹਾਂ ਪੇ ਮੈਨੇ ਸਾਰੇ ਅਨੀਅਨ ਡਾਲ ਲੀਏ, ਅਨੀਅਨ ਕੋ ਡਾਲਨੇ ਕੇ ਬਾਅਦ ਅਬ ਮੈਂ ਇਸੇ ਅੱਛੀ ਤਰ੍ਹਾਂ ਸੇ ਫਰਾਈ ਕਰੂੰਗੀ ਜਬ ਤੱਕ ਕਿ ਇਹ ਥੋੜ੍ਹੇ ਸੇ ਬਰਾਊਨ ਹੋ ਜਾਤੇ ਹੈ, ਔਰ ਮੈਂ ਇਸੇ ਅੱਛੀ ਤਰ੍ਹਾਂ ਸੇ ਨਹੀਂ ਬਰਾਊਨ, ਗੋਲਡਨ ਬਰਾਊਨ ਨਹੀਂ, ਥੋੜ੍ਹੇ ਸੇ ਮੈਂ ਕੱਚਾ ਹੀ ਮੇਰੇ ਪਸੰਦ ਹੈ, ਔਰ ਯਹਾਂ ਪੇ ਮੈਂ ਐਸੇ ਹੀ ਕੁੱਕ ਕਰ ਰਹੀ ਹੂੰ, ਤੋ ਜਬ ਮੁਝੇ ਲੱਗ ਗਿਆ ਥਾ ਕਿ ਇਹ ਥੋੜ੍ਹੇ ਸੇ ਅੱਛੇ ਹੋ ਗਏ ਹੈ, ਕੁੱਕ ਹੋ ਗਏ ਹੈ, ਤੋ ਯਹਾਂ ਪੇ ਮੈਨੇ ਅਬ ਥੋੜ੍ਹਾ ਸਾ ਜੋ ਸੇਕ ਹੈ ਵੋ ਗੈਸ ਕਾ ਵੋ ਕਮ ਕਰ ਦਿਆ ਹੈ, ਔਰ ਆਪ ਦੇਖ ਸਕਤੇ ਹੋ ਕਿ ਯਹਾਂ ਪੇ ਧੀਰੇ ਧੀਰੇ ਸੇ ਕੁੱਕ ਹੋ ਰਹੇ ਹੈ, ਔਰ ਬਾਅਦ ਮੇਂ ਇਸਮੇ ਮੈਨੇ ਜੋ ਟਮਾਟੋ ਐਡ ਕਰ ਦੀਏ ਥੇ ਵੋ ਮੈਂ ਭੁੱਲ ਗਈ ਵੀਡੀਓ ਬਣਾਉਣਾ ਉਸਕੀ, ਔਰ ਯਹਾਂ ਪੇ ਆਪ ਦੇਖ ਸਕਤੇ ਹੋ ਕਿ ਅਬ ਅੱਛੀ ਤਰ੍ਹਾਂ ਸੇ ਵੋ ਵੀ ਕੁੱਕ ਹੋ ਗਏ ਹੈ, ਔਰ ਯਹਾਂ ਪੇ ਮੈਨੇ ਅਬ ਐਡ ਕਰ ਦੀਆ ਹੈ ਪਟੈਟੋਸ, ਯਹਾਂ ਪੇ ਮੈਨੇ ਦੋ ਛੋਟੇ ਪਟੈਟੋਸ ਕੱਟ ਰੱਖੇ ਸੇ ਪਹਿਲੇ ਸੇ ਵੋ ਮੈਨੇ ਲੈ ਲੀਏ ਹੈ, ਔਰ ਯੇ ਦੇਖੋ ਅਬ ਮੈਂ ਇਸੇ ਮਿਕਸ ਕਰ ਰਹੀ ਹੂੰ, ਮਿਕਸ ਕਰਨੇ ਕੇ ਬਾਅਦ ਮੈਨੇ ਇਸਮੇ ਥੋੜ੍ਹਾ ਸਾ ਪਾਣੀ ਐਡ ਕਰ ਦੀਆ ਹੈ, ਤਾਂ ਕਿ ਜੋ ਪਟੈਟੋ ਔਰ ਟਮੈਟੋ ਹੈ ਵੋ ਅੱਛੀ ਤਰ੍ਹਾਂ ਸੇ ਜੋ ਮਿਕਸ ਹੋ ਜਾਏ, ਔਰ ਅਬ ਮੈਂ ਇਸੇ ਥੋੜ੍ਹੀ ਦੇਰ ਕੇ ਲਈ ਐਸੇ ਛੋੜ ਰਹੀ ਹੂੰ ਕਿਉਂਕਿ ਵੋ ਮਿਕਸ ਹੋ ਜਾਏਗਾ ਉਸਮੇ ਸਾਰਾ ਜੋ ਮਸਾਲਾ ਹੈ, ਔਰ ਅਬ ਮੈਨੇ ਇਸੇ ਕਵਰ ਕਰ ਦੀਆ ਹੈ ਥੋੜ੍ਹੀ ਦੇਰ ਕੇ ਲੀਏ, ਤੋ ਥੋੜ੍ਹੀ ਦੇਰ ਬਾਅਦ ਮੈਨੇ ਦੇਖਾ ਜੋ ਅੱਛੀ ਤਰ੍ਹਾਂ ਸੇ ਵੋ ਇੱਕ ਮਿਕਸ ਹੋ ਗਿਆ ਹੈ ਸਾਰਾ ਕੁਛ, ਔਰ ਇਸਮੇ ਅਬ ਮੈਨੇ ਡਾਲ ਦਿਆ ਹੈ ਬੇਸਨ ਔਰ ਦਹੀਂ ਕਾ ਪੇਸਟ ਜੋ ਮੈਨੇ ਪਹਿਲੇ ਸੇ ਤਿਆਰ ਕੀਆ ਹੈ, ਇਸੇ ਮੈਨੇ ਤਿਆਰ ਕਰਨੇ ਕੇ ਲੀਏ ਮੈਨੇ ਥੋੜ੍ਹਾ ਦੋ ਕਟੋਰੀ ਦਹੀਂ ਔਰ ਇੱਕ ਕੜਛੀ ਬੇਸਨ ਕੀ ਡਾਲ ਕੇ ਇਸੇ ਮੈਨੇ ਅੱਛੀ ਤਰ੍ਹਾਂ ਸੇ ਮਿਕਸ ਕਰ ਲਿਆ ਥਾ, ਤੋ ਯਹਾਂ ਪੇ ਮੈਨੇ ਸੋਲਟ ਔਰ ਟਰਮਰਿਕ ਸਵਾਦ ਕੇ ਅਨੁਸਾਰ ਡਾਲ ਕੇ ਅਬ ਯੇ ਦੇਖੋ ਮੈਂ ਅਬ ਅੱਛੀ ਤਰ੍ਹਾਂ ਸੇ ਕੁੱਕ ਕਰ ਰਹੀ ਹੂੰ, ਯਹਾਂ ਪੇ ਮੈਨੇ ਕਮ ਸੇ ਕਮ 10 ਸੇ 15 ਮਿੰਟ ਤੱਕ ਕੁੱਕ ਕਰਨੇ ਕੇ ਬਾਅਦ ਮੈਨੇ ਟੇਸਟ ਜੋ ਕੜੀ ਕਾ ਕਰਕੇ ਦੇਖਾ ਕਿ ਵੋ ਅੱਛੀ ਤਰ੍ਹਾਂ ਸੇ ਕੁੱਕ ਹੋ ਗਈ ਹੈ, ਲਾਈਕ ਐਵਰੀਥਿੰਗ ਟੇਸਟ ਕੀਆ ਸੋਲਟ ਔਰ ਵੋ ਬੇਸਨ ਹੈ ਵੋ ਅੱਛੀ ਤਰ੍ਹਾਂ ਸੇ ਕੁੱਕ ਹੋ ਗਿਆ ਹੈ, ਤੋ ਯਹਾਂ ਪੇ ਸਾਰਾ ਵੋ ਅੱਛੀ ਤਰ੍ਹਾਂ ਸੇ ਕੁੱਕ ਹੋ ਗਿਆ ਥਾ, ਔਰ ਆਪ ਦੇਖ ਰਹੇ ਹੋ ਸਾਥ ਹੀ ਸਾਥ ਮੈਨੇ ਰਾਈਸ ਜੋ ਵੋ ਵੀ ਬਣਾ ਲਈ ਹੈ, ਔਰ ਦੇਖੋ ਅਬ ਮੇਰੀ ਸਬਜ਼ੀ ਲਾਈਕ ਕੜੀ ਔਰ ਰਾਈਸ ਦੋਨੋਂ ਤਿਆਰ ਹੈ, ਔਰ ਹਮ ਜਲਦੀ ਸੇ ਇਸੇ ਖਾ ਲੇਂਗੇ ਗਰਮਾ ਗਰਮ, ਔਰ ਬਾਅਦ ਮੇਂ ਹਮ ਜਾਏਂਗੇ ਕਹੀਂ ਬਾਹਰ ਘੁੰਮਨੇ। ਓਕੇ ਗਾਈਸ, ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਵਿਚ ਇਜ਼ ਗੁੱਡ ਲਾਈਫ ਵਿਦ ਰੋਬਿਨ, ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਲਾਈਕ ਦਿਸ ਵੀਡੀਓ, ਥੈਂਕ ਯੂ ਸੋ ਮਚ, ਬਾਏ ਫੋਰ ਵਾਚਿੰਗ, ਸ਼ੇਅਰ ਕਰਨਾ, ਬਾਏ।